ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਮੇਰੇ ਲਾਈਵ ਆਉਣ ਦੇ ਪਿੱਛੇ ਬਹੁਤ ਇੰਪੋਰਟੈਂਟ ਰੀਜ਼ਨ ਹੈ, ਔਰ ਰੀਜ਼ਨ ਇਹ ਹੈ ਕਿ ਕੱਲ੍ਹ ਦੀ ਜਿਹੜੀ ਸਾਡੀ ਮੁਜ਼ੱਫਰਨਗਰ ਦੀ ਜਿਹੜੀ ਪੰਚਾਇਤ ਹੈ ਬਹੁਤ ਸਕਸੈਸਫੁਲ ਰਹੀ, ਬਹੁਤ ਵਧੀਆ ਰਿਸਪੋਂਸ ਮਿਲਿਆ, ਔਰ ਮੈਂ ਬਹੁਤ ਸਾਰੇ ਚੈਨਲਸ ਦੇ ਉੱਤੇ ਬਹੁਤ ਸਾਰੀਆਂ ਗਲਤ ਫੇਕ ਨਿਊਜ਼ ਵੀ ਦੇਖੀਆਂ, ਜਿਹੜੀਆਂ ਕਿ ਮੈਨੂੰ ਲੱਗਦਾ ਸੀਗਾ ਕਿ ਮੈਂ ਲਾਈਵ ਆ ਕੇ ਸਾਰਿਆਂ ਦੇ ਨਾਲ ਸ਼ੇਅਰ ਕਰਾਂ ਉਸ ਚੀਜ਼ 'ਤੇ। ਸਭ ਤੋਂ ਪਹਿਲਾਂ ਮੈਂ ਜਗਬਾਣੀ ਨਿਊਜ਼ 'ਤੇ ਵੀ ਦੇਖਿਆ, ਔਰ ਔਨੀਅਰ 'ਤੇ ਵੀ ਦੇਖਿਆ, ਹੋਰ ਵੀ ਮੈਂ ਚੈਨਲਸ 'ਤੇ ਦੇਖਿਆ ਕਿ ਛੋਟੀਆਂ ਛੋਟੀਆਂ ਕਲਿਪਿੰਗਸ ਉਹਨਾਂ ਨੇ ਕੱਟ ਕੇ ਲਾਈਆਂ ਹੋਈਆਂ ਸੀਗੀਆਂ, ਔਰ ਉਹ ਕਲਿਪਿੰਗਸ ਐਵੇਂ ਲਾਈਆਂ ਸੀਗੀਆਂ ਜਿਵੇਂ ਸੋਨੀਆ ਤੋਂ ਮਾਈਕ ਹੋਇਆ ਹੋਵੇ ਡਿਸਰਿਸਪੈਕਟਿੰਗ ਵੇ ਦੇ ਨਾਲ। ਮੈਂ ਸਾਰਿਆਂ ਨੂੰ ਇੱਕ ਗੱਲ ਕਹਿ ਦੇਣਾ ਚਾਹੁੰਦੀ ਹਾਂ ਕਿ ਐਡੀ ਵੱਡੀ ਪੰਚਾਇਤ ਮੁਜ਼ੱਫਰਨਗਰ ਦੀ, ਇੰਨੇ ਲੋਕ ਉੱਥੇ ਬੋਲਣ ਵਾਲੇ ਸੀਗੇ, ਇੰਨੇ ਬੁਲਾਰੇ ਸੀਗੇ ਉੱਥੇ, ਠੀਕ ਹੈ। ਅਸੀਂ ਤਾਂ ਆਪਣੇ ਆਪ ਨੂੰ ਕਿਸੇ, ਮੈਂ ਆਪਣੇ ਆਪ ਨੂੰ ਲੀਡਰ ਨਹੀਂ ਸਮਝਦੀ, ਮੈਂ ਆਮ ਅ ਵੋਲੰਟਰੀ, ਮੈਂ ਆਪਣੇ ਆਪ ਨੂੰ ਇੱਕ ਵੋਲੰਟਰੀ ਤੌਰ ਦੇ ਉੱਤੇ ਮੈਂ ਕੰਮ ਕਰ ਰਹੀ ਹਾਂ, ਹੈ ਨਾ, ਕਿਸਾਨ ਅੰਦੋਲਨ ਦੇ ਵਿੱਚ ਔਰ ਕਿਸਾਨਾਂ ਕਰਕੇ ਬੇਸਿਕਲੀ, ਐਂਡ ਮੈਂ ਕਿਸੇ ਵੀ ਜਥੇਬੰਦੀ ਨੂੰ ਬਿਲੋਂਗ ਨਹੀਂ ਕਰਦੀ, ਜਦਕਿ ਮੇਰੇ ਫਾਦਰ ਸਾਹਿਬ ਦੀ ਜਥੇਬੰਦੀ ਕੀਰਤੀ ਕਿਸਾਨ ਯੂਨੀਅਨ ਆ, ਬਟ ਮੈਂ ਹਜੇ ਤੱਕ ਉਹਨਾਂ ਦਾ ਇਸ ਤਰੀਕੇ ਦੇ ਨਾਲ ਮੈਂ ਉਹਨਾਂ ਨੂੰ ਜੁਆਇਨ ਨਹੀਂ ਕੀਤਾ, ਰਾਈਟ। ਮੈਂ ਸਾਰਿਆਂ ਐਜ਼ ਅ ਆਰਟਿਸਟ ਆਈ ਕੈਨ ਸੇ, ਔਰ ਇੱਕ ਰਿਸਪੋਂਸੀਬਲ ਪਰਸਨ ਵਾਈਜ਼ ਆਈ ਐਮ ਸਪੋਰਟਿੰਗ ਕਿਸਾਨ ਅੰਦੋਲਨ ਪਹਿਲੇ ਦਿਨ ਤੋਂ, ਜਦੋਂ ਤੋਂ ਅੰਦੋਲਨ ਸ਼ੁਰੂ ਹੋਇਆ ਆ, ਜਦੋਂ ਤੋਂ ਪੰਜਾਬ 'ਚ ਸੀਗਾ, ਉਸ ਤੋਂ ਬਾਅਦ ਦਿੱਲੀ ਗਏ, ਦਿੱਲੀ ਬਾਅਦ ਮਤਲਬ 9 ਮਹੀਨੇ ਉੱਥੇ ਰਹੇ, ਔਰ ਕਾਫੀ ਡਿਫਰੈਂਟ ਸਟੇਟਸ ਦੇ ਵਿੱਚ ਮੈਂ ਜਾਣੀ ਰਹੀ ਹਾਂ, ਬਟ ਉਹ ਮੇਰੇ ਦਿਲ ਨੂੰ ਖੁਦ ਨੂੰ ਸੰਤੁਸ਼ਟੀ ਮਿਲਦੀ ਹੈ ਇਸ ਕਰਕੇ ਮੈਂ ਉਹ ਕਰ ਰਹੀ ਹਾਂ, ਜਾਂ ਫਿਰ ਮੇਰੇ ਲੋਕਾਂ ਕਰਕੇ ਮੈਨੂੰ ਚੰਗਾ ਲੱਗਦਾ ਆ, ਰਾਈਟ। ਬਹੁਤ ਸਾਰੇ ਲੋਕਾਂ ਨੇ ਬਹੁਤ ਸਾਰੀਆਂ ਗੱਲਾਂ ਉਦੋਂ ਵੀ ਕਹੀਆਂ ਸੀਗੀਆਂ, ਅੱਜ ਵੀ ਕਹੀਆਂ, ਔਰ ਕਹਿੰਦੇ ਆ, ਔਰ ਮੈਨੂੰ ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ, ਬਟ ਮੈਂ ਇੱਕ ਗੱਲ ਕਹਿ ਦੇਣਾ ਚਾਹੁੰਦੀ ਹਾਂ ਕਿ ਤੁਹਾਡੇ ਸਾਰਿਆਂ ਅੱਗੇ ਹੱਥ ਜੋੜ ਕੇ ਬੇਨਤੀ ਆ, ਅਸੀਂ ਗੋਦੀ ਮੀਡੀਆ ਨੂੰ ਗੋਦੀ ਮੀਡੀਆ ਕਹਿੰਦੇ ਸੀਗੇ ਕਿ ਗੋਦੀ ਮੀਡੀਆ ਜਿਹੜੀ ਹੈ ਉਹ ਗਲਤ ਨਿਊਜ਼ ਵਿਖਾਉਂਦੀ ਹੈ, ਗਲਤ ਅੰਦੋਲਨ ਨੂੰ ਪਾੜਨ ਦੀ ਗੱਲ ਕਰਦੀ ਹੈ, ਬਟ ਹੁਣ ਮੈਨੂੰ ਇਹ ਉਮੀਦ ਆਪਣੀ ਪੰਜਾਬ ਮੀਡੀਆ ਤੋਂ ਨਹੀਂ ਸੀਗੀ ਕਿ ਲਾਈਕ ਤੁਸੀਂ ਕੁਛ ਵਿਊਅਰਸ਼ਿਪ ਵਾਸਤੇ ਜਾਂ ਕੁਛ ਚੀਜ਼ਾਂ ਵਾਸਤੇ ਤੁਸੀਂ ਇਹੋ ਜਿਹੀਆਂ ਕਲਿਪਿੰਗਸ ਪਾਓਗੇ ਜਾਂ ਤੁਸੀਂ ਇਹੋ ਜਿਹਾ ਕੁਛ ਪਾਓਗੇ, ਹੈ ਨਾ। ਹਰ ਇੱਕ ਇਨਸਾਨ ਨੂੰ 1 ਮਿੰਟ ਦਾ ਟਾਈਮ ਮਿਲਿਆ ਸੀਗਾ ਉਸ ਮੰਚ ਦੇ ਉੱਤੇ, ਹੈ ਨਾ, ਔਰ ਮੈਂ ਕਹਿੰਦੀ ਹਾਂ ਵੀ ਮੈਨੂੰ ਟਾਈਮ ਮਿਲਿਆ 1 ਮਿੰਟ ਦਾ, ਉਹ ਵੀ ਬਹੁਤ ਵੱਡੀ ਗੱਲ ਆ, ਉਹਨਾਂ ਨੇ ਮੈਨੂੰ ਇੰਨੀ ਰਿਸਪੈਕਟ ਦਿੱਤੀ ਆ, ਰਾਈਟ। ਉੱਥੇ ਇੰਨੇ ਵੱਡੇ ਲੀਡਰਸ ਬੈਠੇ ਸੀਗੇ, ਔਰ 1 ਮਿੰਟ ਦੇ ਵਿੱਚ ਇੱਕ ਆ ਡਿਸਿਪਲਿਨ ਹੁੰਦਾ ਆ ਸਟੇਜ ਦਾ ਕਿ 1 ਮਿੰਟ ਤੋਂ ਵੱਧ ਜੇ ਤੁਸੀਂ ਕੋਈ ਬੋਲਦਾ ਆ। ਮੇਰੀ ਤਾਂ ਜਦੋਂ ਕਿਸਾਨ ਏਕਤਾ ਜ਼ਿੰਦਾਬਾਦ ਮੈਂ ਖਤਮ ਕੀਤਾ, ਉਸੇ ਟਾਈਮ ਉਹਨਾਂ ਨੇ ਮਾਈਕ ਲਿਆ, ਕਿਉਂਕਿ ਅਗਲੇ ਵੀ ਬੁਲਾਰੇ ਸੀਗੇ। ਟਾਈਮ ਇੱਕ ਬਹੁਤ ਇੰਪੋਰਟੈਂਟ ਚੀਜ਼ ਆ, ਔਰ ਡਿਸਿਪਲਿਨ ਇੱਕ ਬਹੁਤ ਇੰਪੋਰਟੈਂਟ ਚੀਜ਼ ਆ, ਕਿਹਨੂੰ ਕਹਿੰਦੇ ਆ, ਸਟੇਜ ਦੇ ਉੱਤੇ। ਔਰ ਸੋ ਉਹ ਮਰਿਆਦਾ ਨੂੰ ਰੱਖਣਾ ਚਾਹੀਦਾ ਹੈ, ਔਰ ਉਹਨੂੰ ਰਿਸਪੈਕਟ ਵੀ ਕਰਨਾ ਚਾਹੀਦਾ ਹੈ। ਸੋ ਇਹੋ ਜਿਹੀਆਂ ਜਿਹੜੀਆਂ ਕਲਿਪਿੰਗਸ ਆ, ਔਰ ਇਹੋ ਜਿਹਾ ਜਿਹੜਾ ਸਾਰਾ ਕੁਛ ਹੈ, ਇਹ ਵਿਖਾ ਕੇ ਤੁਸੀਂ ਜਾਂ ਮੇਰੇ ਮਨ ਦੇ ਵਿੱਚ ਇਹੋ ਜਿਹੀ ਗੱਲ ਪਾਓਗੇ ਤੁਸੀਂ, ਜਾਂ ਕਿਸੇ ਹੋਰ ਦੀ ਗੱਲ ਦੇ ਵਿੱਚ ਪਾਓਗੇ, ਇਹ ਤਾਂ ਤੁਸੀਂ RSS ਦਾ ਕੰਮ ਕਰ ਰਹੇ ਹੋ, ਔਰ BJP ਦਾ ਕੰਮ ਕਰ ਰਹੇ ਹੋ, ਪਾੜਨਾ ਮਤਲਬ ਅੰਦੋਲਨ ਨੂੰ ਪਾੜਨਾ, ਤੁਸੀਂ ਇੱਕ ਦੂਜੇ ਨੂੰ ਇੱਕ ਦੂਜੇ ਦੇ ਪ੍ਰਤੀ ਲੜਾਉਣਾ ਵੀ ਹਾਂ ਸੋਨੀਆ ਮਾਨ ਦੇ ਦਿਲ ਦੇ ਵਿੱਚ ਇਹ ਗੱਲ ਆਵੇ ਜੀ ਉਹਦੇ ਤੋਂ ਮਾਈਕ ਹੋਇਆ। ਮੇਰੇ ਤੋਂ ਕੋਈ ਮਾਈਕ ਨਹੀਂ ਖੋਇਆ ਗਿਆ, ਮੈਂ ਕਿਸਾਨ ਏਕਤਾ ਜ਼ਿੰਦਾਬਾਦ ਦਾ ਨਾਰਾ ਲਾਇਆ, ਗਲਤੀ ਮੇਰੀ ਹੈ, 1 ਮਿੰਟ ਤੋਂ ਜ਼ਿਆਦਾ ਮੇਰੇ ਤੋਂ ਬੋਲਿਆ ਗਿਆ ਸੀਗਾ, ਦੈਟਸ ਇਟ। ਔਰ ਸਾਰਿਆਂ ਦਾ 1 ਮਿੰਟ ਹੀ ਸਾਰਿਆਂ ਦਾ ਟਾਈਮ ਸੀਗਾ, ਉਸ ਤੋਂ ਵੱਧ ਟਾਈਮ ਸੀਗਾ ਹੀ ਨਹੀਂ ਕਿਸੇ ਦਾ ਵੀ। ਸੋ ਇਹੋ ਜਿਹੀਆਂ ਫੇਕ ਨਿਊਜ਼, ਇਹੋ ਜਿਹੀਆਂ ਫੇਕ ਵੀਡੀਓਜ਼ ਫੈਲਾਉਣਾ ਬੰਦ ਕਰੋ,
ਰਿਸਪੈਕਟ ਕਰੋ, ਪੋਜ਼ਿਟਿਵਿਟੀ ਲੈ ਕੇ ਆਓ, ਅੰਦੋਲਨ ਨੂੰ ਮਜ਼ਬੂਤ ਕਰਨ ਵਾਸਤੇ ਵੀਡੀਓਜ਼ ਪਾਓ, ਅੰਦੋਲਨ ਦੇ ਵਿੱਚ ਇਹ ਵਿਖਾਓ ਵੀ ਕਿੰਨਾ ਕਰਾਊਡ ਸੀਗਾ ਉੱਥੇ, ਕਿੰਨੇ ਲੋਕ ਉੱਥੇ ਗਏ ਸੀਗੇ, ਸਾਡਾ ਅੰਦੋਲਨ ਕਿੰਨਾ ਵੱਡਾ ਹੋ ਰਿਹਾ, ਕਿੰਨਾ ਸਾਰਾ ਕੁਛ ਵਧੀਆ ਹੋ ਰਿਹਾ। ਸਪੀਚ ਦੇ ਵਿੱਚ ਜੋ ਬੋਲਿਆ ਸੀਗਾ ਉਹ ਸੁਣਿਓ, ਉਹ ਦਿਖਾਉਣਾ ਜ਼ਰੂਰੀ ਹੈ ਲੋਕਾਂ ਨੂੰ ਵੀ ਸਪੀਚ ਸੋਨੀਆ ਮਾਨ ਨੇ ਕੀ ਬੋਲਿਆ ਸੀਗਾ ਔਰ ਕਿਹਦੇ ਖਿਲਾਫ਼ ਗੱਲ ਕੀਤੀ ਸੀਗੀ। ਉਸ ਉੱਤੇ ਤੁਸੀਂ ਮੋਟਿਵ ਨਹੀਂ ਰੱਖਿਆ, ਤੁਸੀਂ ਮਾਈਕ ਹੋਣ 'ਤੇ ਰੱਖਿਆ, ਇਟ ਮੀਨਸ ਤੁਸੀਂ ਚਾਹੁੰਦੇ ਹੀ ਹੋ ਕਿ ਨੈਗੇਟਿਵ ਗੱਲਾਂ ਸਾਹਮਣੇ ਆਉਣ, ਤੁਸੀਂ ਚਾਹੁੰਦੇ ਨਹੀਂ ਹੋ ਕਿ ਪੋਜ਼ਿਟਿਵ ਚੀਜ਼ ਜੇ ਕਿਸੇ ਇਨਸਾਨ ਨੇ ਕੋਈ ਵੀ ਬੋਲੀ ਹੋਵੇ ਉਹ ਨਾ ਆਵੇ। ਸੋ ਇਟ ਮੀਨਸ ਬਹੁਤ ਸਾਰੇ ਇਹੋ ਜਿਹੇ ਲੋਕ ਨੇ ਜਿਹੜੇ ਕਿ ਪੰਜਾਬ ਦੇ ਵਿੱਚ ਵੀ ਬੀਜੇਪੀ RSS ਦਾ ਕੰਮ ਕਰ ਰਹੇ ਨੇ, ਅੰਦੋਲਨ ਨੂੰ ਪਾੜਨ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਆਈ ਥਿੰਕ ਬਹੁਤ ਸਾਰੇ ਭਰਾਵਾਂ ਨੇ ਇਸ ਚੀਜ਼ ਦਾ ਸਾਥ ਵੀ ਦਿੱਤਾ ਔਰ ਬਹੁਤ ਸਾਰੇ ਲੋਕਾਂ ਨੇ ਉਹਨਾਂ ਨੂੰ ਗਲਤ ਵੀ ਕਿਹਾ, ਜਿਹੜਾ ਕਿ ਥੈਂਕ ਯੂ ਸੋ ਮਚ, ਤੁਸੀਂ ਸਪੋਰਟ ਕੀਤੀ ਅੰਦੋਲਨ ਦੀ ਔਰ ਅੰਦੋਲਨ ਦੀ ਇਸੇ ਤਰੀਕੇ ਦੇ ਨਾਲ ਸਪੋਰਟ ਕਰਦੇ ਰਹੋ। ਹੋਰ ਨਾਲੇ ਦੂਜੀ ਗੱਲ ਇਹ ਕਿ ਜਿਹੜੇ ਕੋਈ ਲੋਕ ਮੈਨੂੰ ਪੁੱਛ ਰਹੇ ਸੀਗੇ ਕਿ ਲਾਈਕ ਸੋਨੀਆ ਮਾਨ ਨੇ ਬਾਅਦ ਦੇ ਵਿੱਚ ਉਹਨਾਂ ਨੂੰ ਕੀ ਕਿਹਾ ਸੀਗਾ ਕੰਨ ਦੇ ਵਿੱਚ, ਮੈਂ ਇਹ ਨਹੀਂ ਕਿਹਾ ਸੀਗਾ ਕਿ ਮੈਨੂੰ ਬੋਲਣ ਦਿਉ, ਮੈਂ ਇਹ ਕਿਹਾ ਸੀਗਾ ਕਿ 19 ਤਰੀਕ ਦੀ ਮੋਹਾਲੀ ਦੀ ਰੈਲੀ ਹੈ, ਤੁਸੀਂ ਇੱਥੇ ਅਨਾਊਂਸਮੈਂਟ ਕਰ ਦਿਉ ਵੀ ਸਾਰੇ ਜਾਣੇ ਇੱਥੇ ਵੀ ਆਉਣ, ਹੈ ਨਾ, ਵੀ ਆਪਣੇ ਪੰਜਾਬ ਦੇ ਵਿੱਚ ਰੈਲੀ ਹੈ, ਸਾਨੂੰ ਵੀ ਹੁੰਦਾ ਵੀ ਸਾਰ ਅਸੀਂ ਜੇ UP ਨੇ ਸਾਨੂੰ ਇਨਵਾਈਟ ਕੀਤਾ ਉੱਥੇ, ਕਿਹਨੂੰ ਕਹਿੰਦੇ ਆ, ਪੰਜਾਬ ਨੂੰ ਇਨਵਾਈਟ ਕੀਤਾ, ਹਰਿਆਣੇ ਨੂੰ ਇਨਵਾਈਟ ਕੀਤਾ, ਰਾਜਸਥਾਨ ਨੂੰ ਵੀ, ਅਤੇ ਉਹ ਇੱਕ ਵੱਡਾ ਮੰਚ ਸੀਗਾ। ਮੈਨੂੰ ਲੱਗਾ ਵੀ ਮੋਹਾਲੀ ਦੇ ਵਿੱਚ ਆਪਣੇ ਇੱਥੇ ਰੈਲੀ ਰੱਖੀ ਹੈ 19 ਤਰੀਕ ਦੀ ਕਿਸਾਨ ਅੰਦੋਲਨ ਦੀ, ਬਾਈਕਾਟ BJP ਦੀ, ਅਤੇ ਉਹਦੇ ਵਿੱਚ ਆਪਾਂ ਨੂੰ UP ਵਾਲਿਆਂ ਨੂੰ ਵੀ ਇਨਵਾਈਟ ਕਰਨਾ ਚਾਹੀਦਾ ਹੈ ਤਾਂ ਕਿ ਆਪਣੇ ਇੱਥੇ ਵੀ, ਹੈ ਨਾ, ਵੱਡਾ ਇਕੱਠ ਹੋਵੇ ਔਰ ਜਿੰਨਾ ਵੱਡਾ ਇਕੱਠ ਹੋਊਗਾ ਉਨਾ ਸਰਕਾਰ ਦੇ ਉੱਤੇ ਦਬਾਅ ਪਊਗਾ, ਉਨਾ ਇੱਥੋਂ ਦੀਆਂ CID ਰਿਪੋਰਟਸ ਜਿਹੜੀਆਂ ਜਾਣਗੀਆਂ ਸਰਕਾਰ 'ਤੇ, ਅਤੇ ਸਰਕਾਰ ਜਿਹੜੀ, ਕੱਲ੍ਹ ਮੈਂ NDTV ਦੀ ਇੰਟਰਵਿਊ ਮੈਂ ਸ਼ੇਅਰ ਕਰੂੰਗੀ ਹੁਣੇ, ਜਿਹਦੇ ਵਿੱਚ ਹਜੇ ਵੀ BJP ਦੇ ਲੋਕ ਕਹਿ ਰਹੇ ਨੇ ਵੀ ਅੱਛਾ ਜੀ ਇਹਨਾਂ ਦੇ ਕੋਲ ਬਾਰਡਰਸ ਦੇ ਉੱਤੇ ਚੰਨ ਲੋਕ ਰਹਿ ਗਏ ਸੀਗੇ, ਮੁੱਠੀ ਭਰ ਲੋਕ ਰਹਿ ਗਏ ਥੇ, ਇਸ ਲਈ ਇਹਨਾਂ ਨੇ ਇਹ ਕਰਨਾ। ਹੁਣ ਉਹ ਮੁੱਠੀ ਭਰ ਲੋਕ, ਉਹਨਾਂ ਨੂੰ ਕੱਲ੍ਹ ਦੇਖ ਹੀ ਗਏ ਸੀਗੇ ਕਿ ਉਹ ਮੁੱਠੀ ਭਰ ਲੋਕ ਸੀਗੇ, ਪਹਿਲਾਂ ਤਾਂ ਇਹਨਾਂ ਨੇ ਸਾਨੂੰ ਕਿਸਾਨ ਹੀ ਨਹੀਂ ਮੰਨਿਆ, ਕਿੰਨੇ ਕਿੰਨੇ ਨਾਮ ਲਾਏ। ਕੱਲ੍ਹ ਦੀ ਇੰਟਰਵਿਊ ਦੇ ਵਿੱਚ ਇਹ ਸਾਰੀਆਂ ਗੱਲਾਂ ਮੈਂ ਕਹੀਆਂ, ਉਹਨਾਂ ਨੂੰ ਜਵਾਬ ਵੀ ਦਿੱਤਾ ਇਸ ਗੱਲ ਦਾ। ਸੋ ਬੇਸਿਕਲੀ ਹੋਰ ਜਵਾਬ ਇਹ ਵੀ ਹੈ ਕਿ ਜਦੋਂ ਵੀ ਸੰਯੁਕਤ ਕਿਸਾਨ ਮੋਰਚੇ ਦੀ ਕੋਈ ਕਾਲ ਆਉਂਦੀ ਹੈ ਜਾਂ ਫਿਰ ਕਾਲ ਨਹੀਂ ਵੀ ਆਉਂਦੀ, ਜਦੋਂ ਵੀ ਕੋਈ ਰੈਲੀ ਹੁੰਦੀ ਹੈ ਜਿਹੜੀ ਕਿ ਅਸੀਂ ਕਿਸਾਨਾਂ ਵਾਸਤੇ ਰੱਖੀ ਹੁੰਦੀ ਹੈ, ਜਿੱਥੇ ਅਸੀਂ ਆਪਣੇ ਲੀਡਰਸ ਨੂੰ ਰਿਸਪੈਕਟਫੁਲੀ ਬੁਲਾਉਂਦੇ ਹਾਂ, ਅਸੀਂ ਚਾਹੁੰਦੇ ਹਾਂ ਵੀ ਉਹ ਸਾਡੇ ਵਾਸਤੇ ਆਈਕੋਨਸ ਨੇ, ਜਿਹੜਾ ਜਿਨ੍ਹਾਂ ਨੂੰ ਇੰਨੀ ਨੌਲੇਜ ਹੈ ਇਸ ਪ੍ਰਤੀ, ਕਿਸਾਨ ਅੰਦੋਲਨ ਪ੍ਰਤੀ, ਔਰ ਜਿਨ੍ਹਾਂ ਨੇ ਬਹੁਤ ਸਾਰੇ ਅੰਦੋਲਨ ਲੜੇ ਵੀ ਹੈ, ਉਹਨਾਂ ਨੂੰ ਜਦੋਂ ਅਸੀਂ ਬੁਲਾਉਂਦੇ ਹਾਂ ਰਿਸਪੈਕਟਫੁਲੀ ਬੋਲਣ ਵਾਸਤੇ, ਤਾਂ ਉਹਨਾਂ ਦੀ ਰਿਸਪੈਕਟ ਕਰਨਾ ਸਾਡਾ ਫਰਜ਼ ਬਣਦਾ ਹੈ ਔਰ ਉਹਨਾਂ ਨੂੰ ਸੁਣਨ ਵਾਸਤੇ ਸਾਰਿਆਂ ਨੂੰ ਆਉਣਾ ਚਾਹੀਦਾ ਆ, ਔਰ ਵੱਧ ਤੋਂ ਵੱਧ ਏਕਤਾ ਵਿਖਾਉਣੀ ਚਾਹੀਦੀ ਹੈ, ਵੱਧ ਤੋਂ ਵੱਧ ਯੂਨਿਟੀ ਵਿਖਾਉਣੀ ਚਾਹੀਦੀ ਹੈ। ਔਰ 19 ਤਰੀਕ ਦੀ ਰੈਲੀ ਦੇ ਵਿੱਚ ਸਾਡੇ ਵੀਰਾਂ ਨੂੰ ਵੀ ਇਨਵੀਟੇਸ਼ਨ ਹੈ, ਜਿਹੜੇ ਸੈਨੇਟ ਦੀ ਇਲੈਕਸ਼ਨਸ ਵਾਸਤੇ ਬੈਠੇ ਨੇ, ਸਟੂਡੈਂਟ ਯੂਨੀਅਨ ਨੂੰ ਹੈਗਾ ਹੈ, ਕਿਉਂਕਿ ਅੱਜ ਸਟੂਡੈਂਟ ਯੂਨੀਅਨ ਵੀ ਧਰਨੇ 'ਤੇ ਬੈਠੀ ਹੈ, ਅੱਜ ਸਾਡੇ ਮਨਰੇਗਾ ਯੂਨੀਅਨ ਵੀ, ਲੇਬਰ ਯੂਨੀਅਨ ਵੀ ਧਰਨੇ 'ਤੇ ਹੈ, ਟੀਚਰ ਯੂਨੀਅਨ ਵੀ ਧਰਨੇ 'ਤੇ ਹੈ, ਡਾਕਟਰ ਯੂਨੀਅਨ ਵੀ ਧਰਨੇ 'ਤੇ ਹੈ। ਸੋ ਅਸੀਂ ਸਾਰਿਆਂ ਨੂੰ ਸੱਦਾ ਦਿੱਤਾ ਸੀਗਾ ਵੀ ਮੋਹਾਲੀ ਵੀਰੇ 19 ਤਰੀਕ ਨੂੰ ਅੰਬ ਸਾਹਿਬ ਗੁਰਦੁਆਰੇ ਦੇ ਲਾਗੇ ਉੱਥੇ ਰੈਲੀ ਹੈ, ਔਰ ਅਸੀਂ ਸਾਰਿਆਂ ਨੂੰ ਸੱਦਾ ਦਿੱਤਾ ਵੀ ਤੁਸੀਂ ਸਾਰੇ ਜਾਣੇ ਆਓ, ਤੁਹਾਨੂੰ ਸੰਯੁਕਤ ਕਿਸਾਨ ਮੋਰਚਾ ਸਮਰਥਨ ਦਊਗਾ, ਤੁਸੀਂ ਸਾਰੇ ਜਾਣੇ ਉੱਥੇ ਆਓ। ਵੇਖੋ ਜਿਹਦੇ ਕੋਲ ਜਿੰਨਾ ਹੋ ਸਕਦਾ ਨਾ ਓਨਾ ਕਰੇ, ਹੈ ਨਾ, ਹਰ ਕਿਸੇ, ਮੈਂ ਕਹਿੰਦੀ ਹਾਂ ਵੀ ਜਿਨ੍ਹਾਂ ਨੂੰ ਲੱਗਦਾ ਵੀ ਸਾਡੇ ਏਰੀਏ ਦੇ ਵਿੱਚ ਹਜੇ ਘੱਟ ਆ, ਹੈ ਨਾ, ਉਸ ਏਰੀਏ ਦੇ ਵਿੱਚ ਉਹ ਪਿੰਡਾਂ 'ਚ ਕੰਮ ਕਰੇ ਜਾ ਕੇ ਔਰ ਉੱਥੇ ਰੈਲੀ ਰੱਖੇ, ਉੱਥੇ ਲੀਡਰਸ ਨੂੰ ਬੁਲਾਵੇ ਤਾਂ ਕਿ ਸਾਡੇ ਅੰਦੋਲਨ ਦੀ ਮਜ਼ਬੂਤੀ ਹੋਰ ਵੱਡੀ ਹੋਵੇ, ਕਿਉਂਕਿ ਪੰਜਾਬ ਤੋਂ ਅੰਦੋਲਨ ਸ਼ੁਰੂ ਹੋਇਆ ਸੀਗਾ। ਅਸੀਂ ਚਾਹੁੰਦੇ ਹਾਂ ਕਿ ਪੰਜਾਬ ਇੱਕ ਨੰਬਰ 'ਤੇ ਯੂਨਿਟੀ ਦੇ ਵਿੱਚ ਰਹਿਣਾ ਚਾਹੀਦਾ, ਜਿੱਥੇ ਇੱਕ ਕਾਲ ਆਵੇ
ਇੱਕ ਵੀ ਪਿੰਡ ਇਹੋ ਜਿਹਾ ਨਹੀਂ ਰਹਿਣਾ ਚਾਹੀਦਾ ਪੰਜਾਬ ਦੇ ਵਿੱਚੋਂ ਕਿ ਜਿਹੜਾ ਪਿੰਡ ਨਿਕਲ ਕੇ ਨਾ ਆਵੇ, ਕਿਉਂਕਿ ਕਈ ਪਿੰਡ ਹਜੇ ਤੱਕ ਵੀ ਪਿੰਡਾਂ ਦੇ ਵਿੱਚ ਲੋਕ ਇਹ ਸੋਚਦੇ ਨੇ ਕਿ ਇਹ ਅੰਦੋਲਨ ਜਿਹੜਾ ਆ ਸਿਰਫ ਜ਼ਮੀਨਦਾਰਾਂ ਦਾ ਅੰਦੋਲਨ ਹੈ। ਮੈਂ ਦੱਸਣਾ ਚਾਹੁੰਦੀ ਹਾਂ ਵੀ ਕਿਸਾਨ ਅੰਦੋਲਨ ਰੋਟੀ ਦੀ ਲੜਾਈ ਹੈ ਤੁਹਾਡੀ ਸਾਰਿਆਂ ਦੀ, ਰੋਟੀ ਦੀ, ਕਿਉਂਕਿ ਅੱਜ ਜਿਹੜਾ ਤੁਹਾਨੂੰ 20-30 ਰੁਪਏ ਕਿਲੋ ਆਟਾ ਮਿਲ ਜਾਂਦਾ, ਕੱਲ੍ਹ ਆਉਣ ਵਾਲੇ ਟਾਈਮ 'ਤੇ ਤੁਹਾਨੂੰ ਉਹ ਵੀ ਨਹੀਂ ਮਿਲਣਾ। ਸਰ੍ਹੋਂ ਦਾ ਤੇਲ ਇੰਨਾ ਜ਼ਿਆਦਾ ਮਹਿੰਗਾ ਆ, ਹੈ ਨਾ, ਡੀਜ਼ਲ ਪੈਟਰੋਲ ਇੰਨਾ ਮਹਿੰਗਾ ਹੋ ਗਿਆ। ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਕਿਸਾਨ ਅੰਦੋਲਨ ਦੇ ਵਿੱਚੋਂ ਸਿੱਖਣ ਲਈ ਮਿਲ ਰਹੀਆਂ ਨੇ, ਅਸੀਂ ਵੀ ਕਦੀ ਨਹੀਂ ਜਾਣਦੇ ਸੀਗੇ ਇਹ ਸਾਰੀਆਂ ਗੱਲਾਂ। ਮੈਂ ਆਪਣਾ, ਤੁਸੀਂ ਸੋਚੋ, 15 ਸਾਲ ਦਾ ਮੇਰਾ, ਮਤਲਬ ਮੈਂ 16 ਸਾਲ ਦੀ ਉਮਰ ਦੇ ਵਿੱਚ ਮੈਂ ਇਸ ਇੰਡਸਟਰੀ 'ਚ ਐਂਟਰ ਹੋ ਗਈ ਸੀਗੀ। ਇੰਡਸਟਰੀ ਸਾਈਡ 'ਤੇ ਆ, ਉਹ ਫਿਲਮਾਂ ਬਾਅਦ 'ਚੋਂ ਵੀ ਹੁੰਦੀਆਂ ਰਹਿਣਗੀਆਂ, ਬਟ ਰਾਈਟ ਨਾਓ ਕੀ ਇੰਪੋਰਟੈਂਟ ਆ ਆਪਣੇ ਸਾਰਿਆਂ ਵਾਸਤੇ? ਕਿਸਾਨੀ ਮੋਰਚਾ, ਕਿਉਂਕਿ ਇਹ ਸਾਡੀ ਹੋਣ ਦੀ ਲੜਾਈ ਹੈ, ਇਹ ਸਾਡੀ ਲੜਾਈ ਹੈ, ਸਾਨੂੰ ਇਸ ਵਿੱਚ ਨਾ ਸਾਰਿਆਂ ਨੂੰ ਮਿਲ ਜੁਲ ਕੇ ਚੱਲਣਾ ਚਾਹੀਦਾ ਆ। ਜੇ ਕਿਸੇ ਦਾ ਕਿਸੇ ਪ੍ਰਤੀ ਗਿਲਾ ਸ਼ਿਕਵਾ ਵੀ ਹੈਗਾ, ਉਹਨੂੰ ਦੂਰ ਕਰਨਾ ਚਾਹੀਦਾ ਆ, ਉਹਨੂੰ ਮਤਲਬ ਆਪਣੇ ਪਰਸਨਲੀ ਨਹੀਂ ਲੈਣਾ ਚਾਹੀਦਾ ਆਪਣੇ ਉੱਤੇ। ਵੇਖੋ, ਮੈਂ, ਮੇਰੀ ਕਿਸੇ ਦੇ ਨਾਲ ਕੋਈ ਲੜਾਈ ਵੀ ਹੋਊਗੀ, ਮਤਲਬ ਮੈਨੂੰ ਕਿਸੇ ਨੇ ਕੁਛ ਗਲਤ ਵੀ ਕਿਹਾ ਹੋਊਗਾ ਜਾਂ ਕੁਛ ਵੀ, ਮੇਰੀ ਕਿਸੇ ਨਾਲ ਉਵੇਂ ਲੜਾਈ ਨਹੀਂ ਹੁੰਦੀ, ਮਤਲਬ ਨੋ, ਜੇ ਕਿਸੇ ਨੂੰ ਕੋਈ ਵੀ ਹੋਊਗੀ, ਬਟ ਮੈਂ ਸਾਰਿਆਂ ਨੂੰ ਕਹਿੰਦੀ ਹਾਂ ਵੀ ਲਾਈਕ ਮੈਨੂੰ ਕਿਸੇ ਨੂੰ ਵਿਖਾਉਣ ਦੀ ਲੋੜ ਨਹੀਂ ਕਿਸੇ ਚੀਜ਼ ਦੀ, ਬਿਕੋਜ਼ ਉਹ ਪਰਮਾਤਮਾ, ਉਹ ਅਕਾਲ ਪੁਰਖ ਸਭ ਜਾਣਦਾ ਆ। ਆਪਾਂ ਜੋ ਵੀ ਕਰਨਾ ਆ, ਆਪਾਂ ਆਪਣੇ ਵਧੀਆ ਕਰਮ ਵਾਸਤੇ ਕਰਨਾ, ਅਸੀਂ ਲੋਕਾਂ ਵਾਸਤੇ ਕਰਨਾ, ਅਸੀਂ ਲੋਕਾਂ ਵਾਸਤੇ ਸੋਚਣਾ ਆ, ਹੈ ਨਾ। ਤਾਂ ਮੈਂ ਕਹਿੰਦੀ ਵੀ ਮੈਂ ਨਾ ਕਿਸੇ ਨੂੰ ਜਵਾਬਦਾਰੀ, ਮੈਂ ਸਿਰਫ ਜਵਾਬਦਾਰੀਆਂ ਅਕਾਲ ਪੁਰਖ ਨੂੰ, ਨਾ ਮੈਨੂੰ ਕੋਈ ਫਰਕ ਪੈਂਦਾ ਮੈਨੂੰ ਕੋਈ ਗਾਲ ਕੱਢੇ, ਮੈਨੂੰ ਕੁਛ ਕਰੇ, ਕਿਉਂਕਿ ਮੈਂ ਆਪਣੇ ਕਰਮ ਕਰ ਰਹੀ ਹਾਂ ਜੋ ਮੈਨੂੰ ਪਤਾ ਆ ਵੀ ਮੈਂ ਕੀ ਕਰਨਾ ਆ ਲੋਕਾਂ ਵਾਸਤੇ, ਹੈ ਨਾ, ਜਿੰਨਾ ਕੁ ਮੇਰੇ ਤੋਂ ਹੋ ਪਾ ਰਿਹਾ ਆ। ਜੇ ਮੈਂ ਪੰਜਾਬ ਨੂੰ ਰਿਪ੍ਰਜੈਂਟ ਕਰਨਾ ਆ ਰਾਜਸਥਾਨ ਜਾ ਕੇ, ਮੈਂ, ਮੇਰੇ ਤੋਂ ਹੋ ਪਾ ਰਿਹਾ, ਮੈਂ ਉੱਥੇ ਵੀ ਜਾਂਦੀ ਹਾਂ। ਮੈਨੂੰ ਪਤਾ ਹੈ ਇਸ ਟਾਈਮ ਦੇ ਉੱਤੇ ਜਾਂ ਤੁਸੀਂ ਫਿਲਮ ਇੰਡਸਟਰੀ ਦਾ ਕੰਮ ਕਰ ਸਕਦੇ ਹੋ ਜਾਂ ਤੁਸੀਂ ਕਿਸਾਨ ਅੰਦੋਲਨ ਲੜ ਸਕਦੇ ਹੋ, ਬਿਕੋਜ਼ ਰੋਜ਼ ਕਿਤੇ ਨਾ ਕਿਤੇ ਕੋਈ ਨਾ ਕੋਈ ਕਾਲ ਹੁੰਦੀ ਆ, ਸਾਨੂੰ ਰੈਲੀ ਵਿੱਚ 'ਤੇ ਜਾਣਾ ਪੈਂਦਾ ਆ। ਮੈਂ ਰਾਜਸਥਾਨ ਵੀ ਜਾਂਦੀ ਹਾਂ, ਮੈਂ ਹਰਿਆਣੇ ਦੀਆਂ ਬਹੁਤ ਸਾਰੇ ਪਿੰਡਾਂ ਦੀਆਂ ਮੀਟਿੰਗਾਂ ਆ, ਹੁਣ ਯੂਪੀ ਵੀ ਜਾਣਾ ਆ, ਹੈ ਨਾ, ਬਹੁਤ ਸਾਰੀਆਂ ਚੀਜ਼ਾਂ 'ਤੇ ਤੁਸੀਂ ਟਰੈਵਲ ਅਰਾਊਂਡ ਕਰਦੇ ਹੋ। ਇੱਕ ਐਕਟਰ ਦੀ ਲਾਈਫ ਤੁਸੀਂ ਮੇਨਟੇਨ ਨਹੀਂ ਕਰ ਸਕਦੇ, ਤੁਸੀਂ ਕੰਮ ਨਹੀਂ ਕਰ ਸਕਦੇ, ਸੋ ਫੋਰ ਟਾਈਮ ਸੇਕ ਮੈਂ ਉਹ ਸਾਰਾ ਜਿਹੜਾ ਮੇਰਾ ਕੰਮ ਆ ਉਹ ਸਾਈਡ 'ਤੇ ਆ, ਜਦੋਂ ਤੱਕ ਇਹ ਮੋਰਚਾ ਅਸੀਂ ਜਿੱਤ ਨਹੀਂ ਲੈਂਦੇ, ਹੈ ਨਾ। ਸੋ ਬੇਸਿਕਲੀ ਇਹੀ ਹੈ, ਕਿਸੇ ਦੇ ਪ੍ਰਤੀ ਵੀ ਲੜਾਈ ਹੈ, ਜਿਹਦੀ ਵੀ, ਕਿਸੇ ਵੀ ਪ੍ਰਤੀ, ਹੈ ਨਾ, ਉਹ ਲੜਾਈਆਂ ਮੇਰੇ ਸਾਰਿਆਂ ਨੂੰ ਭੁੱਲਣੀਆਂ ਚਾਹੀਦੀਆਂ ਨੇ। ਪੋਜ਼ਿਟਿਵ ਨੋਟ ਦੇ ਉੱਤੇ ਸਾਰਿਆਂ ਨੂੰ ਹੀ ਇਸ ਟਾਈਮ ਦੇ ਉੱਤੇ ਮੋਰਚੇ ਨੂੰ ਸਪੋਰਟ ਕਰਨੀ ਚਾਹੀਦੀ ਹੈ, ਭਾਵੇਂ ਤੁਸੀਂ ਕਿਸੇ ਜਥੇਬੰਦੀ ਨਾਲ ਜੁੜੇ ਹੋ, ਤੁਸੀਂ ਨਹੀਂ ਜੁੜੇ ਹੋ, ਤੁਹਾਨੂੰ ਸੰਯੁਕਤ ਕਿਸਾਨ ਮੋਰਚੇ ਨੂੰ ਸਾਰਿਆਂ ਨੂੰ ਸਪੋਰਟ ਕਰੋ, ਮਤਲਬ ਆਪਣਾ ਇੱਕ ਫਰਜ਼ ਨਿਭਾਓ, ਸਾਰਿਆਂ ਨੂੰ ਲਾਭਬੰਦ ਕਰੋ, ਸਾਰਿਆਂ ਨੂੰ ਜਾ ਕੇ ਇਹ ਗੱਲ ਕਹੋ ਵੀ ਇਹ ਤੁਹਾਡੀ ਰੋਟੀ ਦੀ ਲੜਾਈ ਹੈ, ਰੋਟੀ ਤਾਂ ਸਾਰਿਆਂ ਨੇ ਰਾਤ ਨੂੰ ਖਾ ਕੇ ਸੋਣੀ ਹੁੰਦੀ ਆ, ਇਹ ਕੋਈ ਇਹ ਕੋਈ ਧਰਮਾਂ ਦਾ ਅੰਦੋਲਨ ਨਹੀਂ ਹੈਗਾ, ਇਹ ਕੋਈ ਤੁਸੀਂ ਕਹੋ ਕਿ ਇਹ ਧਰਮ ਦਾ ਅੰਦੋਲਨ ਹੈ, ਕੋਈ ਰਿਲੀਜਨ ਦਾ ਅੰਦੋਲਨ ਹੈ, ਨਹੀਂ, ਇਹ ਸਾਰੇ ਧਰਮਾਂ ਤੋਂ ਉੱਠ ਕੇ ਇੱਕ ਇਨਸਾਨੀਅਤ ਦਾ ਅੰਦੋਲਨ ਹੈ। ਔਰ ਕਿਸਾਨ ਤਾਂ ਫਿਰ ਵੀ ਆਪਣਾ ਉਗਾ ਕੇ ਖਾ ਲੈਣਗੇ, ਹੈ ਨਾ, ਬਟ ਜਿਹੜੇ ਸ਼ਹਿਰ ਦੇ ਵਿੱਚ ਲੋਕ ਬੈਠੇ ਆ ਉਹ ਸੋਚ ਰਹੇ ਨੇ ਵੀ ਕਿਸਾਨ ਬੈਠੇ ਆ, ਰੋਡਸ ਬਲੋਕ ਕਰਕੇ ਬੈਠੇ, ਬਈ ਤੁਹਾਡੇ ਵਾਸਤੇ ਬੈਠੇ ਆ, ਤੁਹਾਡੇ ਸਾਰਿਆਂ ਕਰਕੇ ਬੈਠੇ ਆ, ਤਾਂ ਕਿ ਤੁਸੀਂ, ਤੁਹਾਡੀ ਮਹਿੰਗਾਈ ਦੇ ਵਿੱਚ ਤੁਸੀਂ ਮਤਲਬ ਜਿਹੜਾ ਸੁੱਖ ਦਾ ਸਾਹ ਨਹੀਂ ਲੈ ਪਾ ਰਹੇ, ਅੱਗੇ ਜਾ ਕੇ ਹੋਰ ਨਹੀਂ ਲੈ ਪਾਓਗੇ, ਉਹਦੇ ਤੁਹਾਡੀ ਹੋਂਦ ਵਾਸਤੇ ਲੜ ਰਹੇ ਆ ਸਾਰੇ ਜਾਣੇ, ਸੋ ਤੁਹਾਨੂੰ ਰਿਸਪੈਕਟ ਕਰਨੀ ਚਾਹੀਦੀ ਆ। ਮਤਲਬ ਕਿੰਨੇ ਸਾਡੇ ਕਿਸਾਨ, ਕਿੰਨੇ ਸਾਡੇ ਬਜ਼ੁਰਗ, ਕਿੰਨੇ ਸਾਡੇ ਵੀਰ ਜਿਨ੍ਹਾਂ ਦੇ ਪਰਚੇ ਵੀ ਹੋਏ ਨੇ, ਕਿੰਨੇ ਸਾਡੇ ਸ਼ਹੀਦ ਵੀ ਹੋ ਗਏ, ਸਾਨੂੰ ਸਾਰਿਆਂ ਦੀ ਇੱਕ ਵੈਲਿਊ ਕਰਨੀ ਚਾਹੀਦੀ ਆ। ਔਰ ਬਿੱਲਾਂ ਨੂੰ ਵਿਸਥਾਰ ਰੂਪ ਵੀ ਪੜ੍ਹੋ, ਬਹੁਤ ਜ਼ਰੂਰੀ ਆ ਆਪਾਂ ਨੂੰ ਬਿੱਲ ਪੜ੍ਹਨਾ। MSP ਤਾਂ ਫਿਕਸ ਸਾਨੂੰ ਚਾਹੀਦੀ ਚਾਹੀਦੀ ਆ, ਅਸੈਂਸ਼ੀਅਲ ਕਮੋਡਿਟੀ ਐਕਟ ਜਿਹੜਾ ਕਿ ਸਭ ਤੋਂ ਜ਼ਿਆਦਾ ਜ਼ਰੂਰੀ ਹੈ, ਜਿਹੜਾ ਸਾਰਿਆਂ ਵਾਸਤੇ ਹੈ ਬਈ,
ਜਿਹੜੀ ਜਿਹੜੀ ਚੀਜ਼ ਦੇ ਉੱਤੇ ਜਿਹੜੀ ਜਮ੍ਹਾਂਖੋਰੀ ਕ੍ਰਾਈਮ ਮੰਨੀ ਜਾਂਦੀ ਸੀ, ਅੱਜ ਇਹਨਾਂ ਨੇ ਸਾਰਾ ਕੁਝ ਖੋਲ੍ਹਤਾ ਵੀ ਤੁਸੀਂ ਜਮ੍ਹਾਂਖੋਰੀ ਕਰ ਸਕਦੇ ਹੋ, ਇਹ ਸਸਤਾ ਲੈਣਗੇ ਮਹਿੰਗਾ ਵੇਚਣਗੇ, ਕੌਣ ਅਫੋਰਡ ਕਰ ਪਾਊਗਾ ਮੈਨੂੰ ਇਹ ਦੱਸੋ? ਕੋਈ ਵੀ ਅਫੋਰਡ ਨਹੀਂ ਕਰ ਪਾਊਗਾ ਜਦੋਂ ਇੰਨੀਆਂ ਇੰਨੀਆਂ ਮਹਿੰਗੀਆਂ ਚੀਜ਼ਾਂ ਜਾਣਗੀਆਂ, ਜਦੋਂ ਤੁਹਾਡੀ ਸੋਰਸ ਆਫ ਇਨਕਮ ਹੀ ਘੱਟ ਹੋਊਗੀ। ਅੱਜ 2 ਏਕੜ 3 ਏਕੜ ਵਾਲੇ ਜਿਹੜੇ ਕਿਸਾਨ ਆ ਉਵੇਂ ਹੀ ਉਹ ਕਰਜ਼ੇ ਥੱਲੇ ਦੱਬੇ ਹੋਏ ਨੇ, ਹੈ ਨਾ, ਸਬਸਿਡੀਜ਼ ਉਵੇਂ ਨਹੀਂ ਮਿਲਦੀਆਂ। ਸੋ ਆਪਾਂ ਨੂੰ ਸਾਰਿਆਂ ਬਾਰੇ ਸੋਚਣ ਦੀ ਲੋੜ ਹੈ, ਇਕੱਲਾ ਇਹ ਨਾ ਸੋਚੋ ਵੀ ਹਾਂ ਇਲੈਕਸ਼ਨਸ ਨੇ ਸਿਰ ਦੇ ਉੱਤੇ, ਇਲੈਕਸ਼ਨਸ ਤੋਂ ਉੱਤੇ ਵੀ ਮੋਰਚਾ ਹੈਗਾ ਆ। ਜੇ ਕੋਈ ਇਨਸਾਨ ਸੋਚਦਾ ਆ ਕਿਸੇ ਚੀਜ਼ ਵਾਸਤੇ, ਹਰ ਇੱਕ ਦੀ ਜ਼ਿੰਮੇਵਾਰੀ ਬਣਦੀ ਹੈ। ਜੇ ਤੁਹਾਨੂੰ ਕੌਲ ਆਉਂਦੀ ਹੈ ਹਰਿਆਣੇ ਤੋਂ, ਹਰਿਆਣੇ ਪਹੁੰਚੋ। ਜੇ ਰਾਜਸਥਾਨ ਕੌਲ ਆਉਂਦੀ ਹੈ, ਰਾਜਸਥਾਨ ਪਹੁੰਚੋ। ਜੇ ਬਾਰਡਰ 'ਤੇ ਕੌਲ ਆਉਂਦੀ ਹੈ, ਬਾਰਡਰ 'ਤੇ ਪਹੁੰਚੋ। ਪੋਜ਼ੀਟਿਵ ਲਓ, ਪੋਜ਼ੀਟਿਵ ਸੋਚੋ, ਆਪਣਾ ਕਰਮ ਕਮਾਓ। ਕਿਸੇ ਨਾਲ ਨਾਰਾਜ਼ਗੀ ਦਾ ਕੋਈ ਫਾਇਦਾ ਨਹੀਂ ਆ। ਮੋਰਚੇ ਨੂੰ ਮਜ਼ਬੂਤ ਕਰੋ, ਮੋਰਚਾ ਅਸੀਂ ਜਿੱਤਣਾ ਹੈ, ਸਾਡੀ ਅਣਖ ਆ ਪੰਜਾਬ ਦੀ, ਸਾਰੇ ਮਿਲ ਜੁਲ ਕੇ ਚੱਲੋ। ਬਸ ਇਹੀ ਤੁਹਾਡੇ ਸਾਰਿਆਂ ਅੱਗੇ ਹੱਥ ਜੋੜ ਕੇ ਬੇਨਤੀ ਹੈ। ਬਾਕੀ ਮੋਹਾਲੀ ਦੀ 19 ਤਰੀਕ ਦੀ ਜਿਹੜੀ ਰੈਲੀ ਹੈ, ਉਹ ਤੁਹਾਡੀ ਸਾਰਿਆਂ ਦੀ ਰੈਲੀ ਹੈ, ਕਿਸਾਨਾਂ ਦੀ ਰੈਲੀ ਹੈ। ਮੇਰੀ ਰੈਲੀ ਨਹੀਂ, ਸਾਰਿਆਂ ਦੀ ਰੈਲੀ ਹੈ। ਤੁਸੀਂ ਸਾਰਿਆਂ ਨੇ ਇਕੱਠ ਵਿਖਾਉਣਾ ਆ, ਤੁਸੀਂ ਸਾਰਿਆਂ ਨੇ ਗਵਰਨਮੈਂਟ ਨੂੰ ਜਵਾਬ ਦੇਣਾ ਆ, ਤੁਸੀਂ ਸਾਰਿਆਂ ਨੇ ਆਪਣੀ ਜ਼ਿੰਮੇਵਾਰੀਆਂ ਦੇ ਨਾਲ ਪਿੰਡਾਂ ਦੇ ਵਿੱਚੋਂ ਲੋਕ ਲੈ ਕੇ ਆਉਣੇ ਨੇ। ਹਰ ਇੱਕ ਪਿੰਡ ਮੋਹਾਲੀ ਦੇ ਲਾਗੇ ਚਾਗੇ ਜਿੰਨੇ ਆ, ਰੋਪੜ ਦੇ ਲਾਗੇ ਚਾਗੇ ਆ, ਜਿੰਨੇ ਖਰੜ ਦੇ ਲਾਗੇ ਚਾਗੇ ਆ, ਜਿੰਨੇ ਚੰਡੀਗੜ੍ਹ ਦੇ ਲਾਗੇ ਚਾਗੇ, ਮੈਂ ਸਾਰੀ ਜਗ੍ਹਾ 'ਤੇ ਨਹੀਂ ਪਹੁੰਚ ਸਕਦੀ। ਮੈਂ ਜਿੱਥੇ ਜਿੱਥੇ ਮੈਨੂੰ ਬੁਲਾਉਂਦੇ ਨੇ, ਮੈਂ ਉੱਥੇ ਉੱਥੇ ਪਹੁੰਚਦੀ ਹਾਂ, ਉੱਥੇ ਉੱਥੇ 'ਤੇ ਮੈਂ ਇਨਵੀਟੇਸ਼ਨ ਦੇ ਸਕਦੀ ਹਾਂ। ਇਸੇ ਕਰਕੇ ਮੈਂ ਲਾਈਵ ਕਰਕੇ ਇਨਵੀਟੇਸ਼ਨ ਦੇ ਰਹੀ ਹਾਂ ਸਾਰਿਆਂ ਨੂੰ, ਇਨਵੀਟੇਸ਼ਨ। ਨਾ ਤਾਂ ਮੈਨੂੰ ਵੇਖੋ ਜੀ ਵੀਰੇ ਰੈਲੀਆਂ ਦਾ ਕਰਨ ਦਾ ਕੋਈ ਐਕਸਪੀਰੀਅੰਸ ਹੈਗਾ, ਨਾ ਮੈਂ ਕਦੀ ਕੀਤਾ ਹੈ। ਇੱਕੋ ਰੈਲੀ ਕੀਤੀ ਸੀਗੀ, ਹੁਣ ਮੈਨੂੰ ਕੋਈ ਨਹੀਂ ਹੈਗਾ। ਇੱਥੇ ਸਾਰੇ ਜਿੰਨੇ ਵਿਚਾਰੇ ਮੋਹਾਲੀ ਦੇ ਵੀਰ ਜਿਹੜੇ ਪਹਿਲੇ ਦਿਨ ਤੋਂ ਜੁੜੇ ਹੋਏ ਆ, ਉਹ ਵੀ ਮਿਹਨਤ ਕਰਦੇ ਆ ਸਾਰੇ, ਹੈ ਨਾ, ਪਿੰਡਾਂ 'ਚ ਜਾਂਦੇ ਆ। ਤੁਸੀਂ ਵੀ ਸਾਰੇ ਜਾਣੇ ਮਿਹਨਤ ਕਰੋ, ਆਪਣੇ ਆਪਣੇ ਪਿੰਡ ਦੀ ਜ਼ਿੰਮੇਵਾਰੀ ਚੁੱਕੋ, ਆਪਣੇ ਆਪਣੇ ਪਿੰਡ ਦਾ ਤੰਬੂ ਸਿੰਘੂ ਬਾਰਡਰ 'ਤੇ ਲਾਓ, ਔਰ 19 ਤਰੀਕ ਐਡੀ ਕੁ ਵੱਡੀ ਰੈਲੀ ਕਰੋ ਕਿ ਲੋਕ ਯਾਦ ਰੱਖਣ ਕਿ ਹਾਂ ਮੋਹਾਲੀ ਦੀ ਸੰਗਤ ਨੇ, ਖਰੜ ਦੀ ਸੰਗਤ ਨੇ, ਰੋਪੜ ਦੀ ਸੰਗਤ ਨੇ, ਚੰਡੀਗੜ੍ਹ ਦੇ ਆਲੇ ਦੁਆਲੇ ਪਿੰਡਾਂ ਦੀ ਸੰਗਤ ਨੇ ਇੱਕ ਵੱਡੀ ਪੰਚਾਇਤ ਕੀਤੀ ਸੀਗੀ, ਜਿੱਥੇ ਯੂਪੀ, ਰਾਜਸਥਾਨ, ਹਰਿਆਣਾ ਸਾਰੇ ਆਏ ਨੇ। ਮੇਰਾ ਸਾਰਿਆਂ ਨੂੰ ਸੱਦਾ ਆ, ਹਰਿਆਣੇ ਨੂੰ ਸੱਦਾ ਆ, ਯੂਪੀ ਨੂੰ ਸੱਦਾ ਆ, ਜਿਹੜੇ ਜਿਹੜੇ ਲੋਕ ਮੈਨੂੰ ਦੇਖ ਰਹੇ ਨੇ, ਜ਼ਰੂਰ ਆਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਜ਼ਾ ਅਪਡੇਟਸ ਔਰ ਬੜੀ ਖਬਰੋਂ ਕੇ ਲਈ ਸਬਸਕ੍ਰਾਈਬ ਕਰੇਂ ਅੱਜ ਪ੍ਰਕਾਸ਼ ਟੀਵੀ, ਔਰ ਬੈਲ ਆਇਕਨ ਦਬਾਨਾ ਨਾ ਭੁਲੇ।